ਦੇਖੋ ਜੀ, ਅੱਜ ਤੁਹਾਨੂੰ ਦਿਖਾਉਂਦੇ ਹਾਂ ਜੀ ਕਬੂਤਰਾਂ ਦਾ ਸ਼ੌਂਕ। ਖੁੱਡਾ ਦੇਖੋ ਕਿੱਡਾ ਕੁ ਵੱਡਾ, ਆਹ ਛਤਰੀ ਵਾਲੇ ਕਬੂਤਰ ਵੀ ਇਹਨਾਂ ਕੋਲ। ਆਹ ਦੇਖੀ ਛਤਰੀ, ਲਓ ਜੀ ਖੋਲਣ ਜਾ ਰਹੇ ਹਾਂ ਕਬੂਤਰ। ਮਲਵਈ ਜਾਨਵਰ, ਮਲਵਈਓ ਕਾ ਸ਼ੌਂਕ ਕਰਾਤੇ ਹੈਂ ਆਪਕੋ। ਲਓ ਦੇਖੋ ਜੀ ਸ਼ੌਂਕ ਕਬੂਤਰਾਂ ਦੇ। ਅੱਜ ਅਸੀਂ ਆਏ ਜੀ ਪਠਾਨਕੋਟ ਸ਼ਹਿਰ 'ਚ। ਦੇਖ ਲਓ ਪਠਾਨਕੋਟ ਦਾ ਇਹ ਮਸ਼ਹੂਰ ਮਹੱਲਾ ਸਰਾਈ ਮਹੱਲਾ, ਜਿੱਥੇ ਕਬੂਤਰਾਂ ਦਾ ਸ਼ੌਂਕ ਬੜਾ ਲੋਕਾਂ ਨੂੰ। ਹਰ ਦੂਜੇ ਤੀਜੇ ਘਰ ਦੇ ਵਿੱਚ ਇੱਥੇ ਕਬੂਤਰ ਰੱਖੇ ਦੇ ਮੁੰਡਿਆਂ ਨੇ। ਕੋਈ ਮਸਾ ਕੱਲੀ ਵਾਲਾ ਕਬੂਤਰ, ਮੀਂਹ ਪਏ ਆ ਤਾਂ ਕਰਕੇ ਥੋੜਾ ਗੰਦਾ ਜਿਹਾ ਹੋ ਗਿਆ। ਜਿਹੜੇ ਜਿਹੜੇ ਬੰਦੇ ਨੂੰ ਸ਼ੌਂਕ ਆ ਕਬੂਤਰਾਂ ਦਾ ਜ਼ਰੂਰ ਕੋਈ ਮਸਾ ਕੱਲੀ ਵਾਲਾ ਕਬੂਤਰ, ਮੀਂਹ ਪਏ ਆ ਤਾਂ ਕਰਕੇ ਥੋੜਾ ਗੰਦਾ ਜਿਹਾ ਹੋ ਗਿਆ। ਜਿਹੜੇ ਜਿਹੜੇ ਬੰਦੇ ਨੂੰ ਸ਼ੌਂਕ ਆ ਕਬੂਤਰਾਂ ਦਾ ਜ਼ਰੂਰ ਜਿਹੜੇ ਜਿਹੜੇ ਬੰਦੇ ਨੂੰ ਸ਼ੌਂਕ ਆ ਕਬੂਤਰਾਂ ਦਾ। ਆਹ ਦੇਖੋ ਜੀ ਕਬੂਤਰ ਬਾਜੀ, ਕਬੂਤਰੀਆਂ ਆਂਡਿਆਂ 'ਤੇ ਬੈਠੀ ਆ। ਉਹ ਦੇਖੋ ਆਂਡੇ ਪਏ ਦੇ, ਇਹ ਕਬੂਤਰੀ ਥੱਲੇ ਵੀ ਆਂਡਾ ਜੀ, ਉਹ ਪਿੱਛੇ ਅੰਦਰ ਵੀ ਬੈਠੀ ਨਹੀਂ ਕਬੂਤਰੀਆਂ। ਬੱਚਾ ਆਈਓ
ਹੋਰ ਇਹ ਵੀ ਬੱਚਾ ਮੀਂਹ 'ਚ ਗਿੱਲੇ ਹੋਏ ਦੇ ਆ। ਲੋ ਯਾਰ ਦੇਖੋ ਜੀ ਡਾਈਟ ਪਾਤੀ ਆ ਕਬੂਤਰਾਂ ਨੂੰ। ਇਹਦੇ ਵਿੱਚ ਹੈਗੇ ਜੀ ਚੋਲ, ਦਾਲਾਂ, ਹੋਰ ਕੀ ਹੈ ਜੀ, ਸਰੋਂ ਸੁਰੋਂ ਵੀ ਹੈਗੀ ਆ। ਇਹ ਲੋਕ ਕਿੰਨੇ ਚਾਅ ਨਾਲ ਖਾਏ ਕਰਦੇ ਆ। ਪੀਲਾ ਪੀਲਾ ਸਾਰੀ ਸਰੋਂ ਆ, ਦਾਲਾਂ ਪੀਸੀ ਦੀਆਂ। ਕਿੱਥੇ ਪੈਕੜੀ ਦਾ ਰਹਿੰਦੇ?